ਐਡਰੈਸ ਪਾਉਣ ਲੱਗਿਆ। ਮੇਰੇ ਪਿੱਛੇ ਸ਼ਾਇਦ ਬੰਦਾ ਹੀ ਲੱਗਿਆ ਸੀ, ਇੱਕ ਲੱਗਿਆ ਸੀ ਜਾਂ ਦੋ ਲੱਗਿਆ ਸੀ। ਉਹਨਾਂ ਨੇ ਜਦੋਂ ਮੈਂ ਉਬਰ ਦਾ ਐਡਰੈਸ ਪਾਉਣ ਲੱਗਿਆ ਉਹ ਮੇਰਾ ਫੋਨ ਖੋ ਕੇ ਭੱਜ ਗਿਆ। ਪ੍ਰੀਤੀ ਸੋਨੀ ਪੁੱਛਿਆ, ਠੀਕ ਹੈ, ਵਰਲਡ ਕੱਪ ਕੇ ਲਈ ਖੇਡ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸੰਤਿਆਗੋ ਚਿੱਲੀ ਤੋਂ ਜੀ। ਚਿੱਲੀ ਦੀਆਂ ਜਿਹੜਾ ਮੈਂ ਐਪੀਸੋਡ ਆ ਇਹਨੂੰ ਦੋ 'ਚ ਕਰੂੰਗਾ, ਸੰਤਿਆਗੋ ਨੂੰ ਦੋ 'ਚ, ਠੀਕ ਹੈ। ਦੋ ਵਾਰ ਇੰਨਾ ਲੰਬਾ ਚੌੜਾ ਇਹਦਾ ਕੰਮ ਆ ਚਿੱਲੀ ਦਾ। ਚਲੋ, ਮੈਂ ਅਰਜਨਟਾਈਨਾ ਤੋਂ ਪਹੁੰਚਿਆ, ਅਰਜਨਟਾਈਨਾ ਤੋਂ ਬੱਸ ਲਈ, ਬੱਸ ਫੜ ਕੇ ਮੰਦੋਜ਼ਾ ਤੋਂ ਆਉਣੀ ਸੀ, ਉਹ ਮੰਦੋਜ਼ਾ ਤੋਂ ਪਹੁੰਚਣੀ ਸੀ ਸੰਤਿਆਗੋ। ਹੁਣ ਬੱਸ ਮੈਂ ਉੱਥੇ ਸਵੇਰੇ ਸਵੇਰੇ ਲਈ ਅਤੇ ਇੱਥੇ ਸ਼ਾਮ ਨੂੰ ਪਹੁੰਚੀ। ਜਦੋਂ ਰਸਤੇ ਦਾ ਤਾਂ ਪੁੱਛੋ ਕੁਛ ਨਾ, ਰਸਤੇ ਦਾ ਉਹ ਮੈਂ ਅੱਡ ਇੱਕ ਮੂਵੀ 'ਚ ਦਿਖਾਊਂਗਾ ਵੀਰ ਕਿੰਨਾ ਵਧੀਆ ਉਹ ਸੀ। ਥੋੜ੍ਹੀ ਜਿਹੀ ਮੇਰੀ ਫੁਟੇਜ ਚਲੇ ਗਈ, ਉਹ ਹੁਣ ਮੈਂ ਤੁਹਾਨੂੰ ਗਾਹਾਂ ਜਾ ਕੇ ਦੱਸਦਾ। ਵੱਡੀ ਟ੍ਰੈਜਡੀ ਕੀ ਹੋਈ ਵੀ ਮੈਂ ਸੰਤਿਆਗੋ ਪਹੁੰਚਿਆ, ਚਿੱਲੀ ਪਹੁੰਚਿਆ ਰਾਤ ਦੇ 8 ਵਜੇ, ਕਿਉਂਕਿ ਥੋੜ੍ਹੀ ਜਿਹੀ ਬੱਸ ਹੋਰ 6 ਵਜੇ ਪਹੁੰਚਣੀ ਸੀ, ਉਹ ਲੇਟ ਹੋ ਗਈ ਰਸਤੇ 'ਚ। ਚੈਕਿੰਗ ਕਾਫੀ ਹੁੰਦੀ ਜਦੋਂ ਚਿੱਲੀ ਤੁਸੀਂ ਪੜ੍ਹਦੇ ਹੋ ਅਰਜਨਟਾਈਨਾ ਤੋਂ, ਕਰਦੇ ਕਰਾਉਂਦੇ ਸਲੋ ਵੀ ਸੀ, ਬਹੁਤ ਪਹਾੜੀ ਇਲਾਕਾ। ਅਤੇ ਜਦੋਂ ਬਾਅਦ 'ਚ ਨੇੜੇ ਆ ਕੇ ਸੰਤਿਆਗੋ ਦੇ ਨੇੜੇ ਆ ਕੇ ਬੜਾ ਸਹਾਵਣਾ ਹੋ ਜਾਂਦਾ, ਬੜੇ ਉਸ ਏਰੀਏ ਨੂੰ ਸਾਰੇ ਨੂੰ ਅਰਜਨਟਾਈਨਾ ਦੇ ਨੂੰ ਅਤੇ ਉਸ ਏਰੀਏ ਨੂੰ ਵੀ ਸਾਰੇ ਨੂੰ ਵਾਈਨ ਕੈਪੀਟਲ ਆਫ ਦਾ ਵਰਲਡ ਕਹਿੰਦੇ ਨੇ, ਵਰਲਡ ਦੀ ਵਾਈਨ ਦਾ ਕੈਪੀਟਲ। ਹੁਣ ਮੈਂ ਸੰਤਿਆਗੋ ਬੱਸ ਅੱਡੇ 'ਤੇ ਪਹੁੰਚਿਆ। ਜਦ ਮੈਂ ਸੰਤਿਆਗੋ ਬੱਸ ਅੱਡੇ 'ਤੇ ਪਹੁੰਚਿਆ, ਸੋ ਜੋ ਮੇਰੇ ਨਾਲ ਵਾਪਰਿਆ ਉਹ ਮੈਂ ਤੁਹਾਨੂੰ ਦੱਸਦਾ। ਮੈਂ ਪਹੁੰਚਿਆ, ਅੱਛਾ, ਮੈਂ ਜਿਹੜਾ ਏਅਰਬੀਐਨਬੀ ਬੁੱਕ ਕਰਿਆ ਸੀ ਉਹ ਬੜਾ ਨੇੜੇ ਕਰਿਆ ਸੀ ਬੁੱਕ, ਉਸ ਹਿਸਾਬ ਨਾਲ ਵੀ ਮੈਂ ਰਾਤ ਨੂੰ ਲੇਟ ਪਹੁੰਚਣਾ, ਉੱਥੇ ਹੋ ਜੂਗਾ, ਚਲੋ ਖਾਣੇ ਖੁਣੇ ਦਾ ਸਾਰਾ ਕੁਛ ਹੋ ਜੂਗਾ। ਜਦੋਂ ਮੈਂ ਬੱਸ ਅੱਡੇ 'ਤੇ ਪਹੁੰਚਿਆ, ਮੈਂ ਕਿਸੇ ਨੂੰ ਡਾਇਰੈਕਸ਼ਨ ਪੁੱਛਾਂ, ਉਹ ਕਹਿੰਦੇ ਜੀ ਇਹ ਤਾਂ ਸਾਨੂੰ ਪਤਾ ਨਹੀਂ। ਸੋ ਮੈਂ ਸੋਚਿਆ ਵੀ ਚੱਲ ਹੁਣ ਐਂ ਕਰਦਾ, ਮੈਂ ਸਮਾਨ ਜਿਹਾ ਆਪਦਾ ਚੱਕਿਆ, ਮੈਂ ਆਪਦੇ ਹਿਸਾਬ ਨਾਲ GPS 'ਤੇ ਦੇਖ ਕੇ ਥੋੜ੍ਹਾ ਜਿਹਾ ਖਾ ਪੀ ਕੇ ਉੱਥੋਂ, ਮੈਂ ਕਿਹਾ ਚੱਲ ਹੁਣ ਐਂ ਕਰਦਾ ਨਿਕਲਦਾ ਬਾਹਰ, ਉੱਥੇ ਜਾ ਕੇ ਉਬਰ ਕਰਦਾ, ਕਿਉਂਕਿ ਸਮਾਨ ਚੱਕੇ ਤਾਂ ਕਿੱਥੇ ਜਾ, ਮੈਨੂੰ ਬਿਲਡਿੰਗ ਦਿਖ ਪਈ ਵੀ ਉਹ ਸਾਹਮਣੇ ਬਿਲਡਿੰਗ ਹੈ। ਅਤੇ ਮੈਂ ਉਸ ਹਿਸਾਬ ਨਾਲ ਕੀ ਕੀਤਾ, ਮੈਂ ਕਿਹਾ ਚੱਲ ਉਬਰ ਕਰ ਲੈਂਦਾ। ਮੈਂ ਉਬਰ ਦਾ ਐਡਰੈਸ ਪਾਉਣ ਲੱਗਿਆ, ਮੇਰੇ ਪਿੱਛੇ ਸ਼ਾਇਦ ਬੰਦਾ ਹੀ ਲੱਗਿਆ ਸੀ, ਇੱਕ ਲੱਗਿਆ ਸੀ ਜਾਂ ਦੋ ਲੱਗਿਆ ਸੀ। ਉਹਨਾਂ ਨੇ ਜਦੋਂ ਮੈਂ ਉਬਰ ਦਾ ਐਡਰੈਸ ਪਾਉਣ ਲੱਗਿਆ ਉਹ ਮੇਰਾ ਫੋਨ ਖੋ ਕੇ ਭੱਜ ਗਿਆ। ਸੋ ਇਹ ਹੋਈ ਮੇਰੇ ਨਾਲ ਰੋਬਰੀ ਉੱਥੇ ਸੰਤਿਆਗੋ ਚਿੱਲੀ ਉੱਤਰਦੇ ਸਾਰ। ਮੈਂ ਇਹਨੂੰ ਕਹਿੰਦਾ ਹੁੰਦਾ ਡਾਕਟਰ ਸਾਹਿਬ ਦੀ ਚਿੱਲੀ, ਮੇਰੇ ਡਾਕਟਰ ਸਾਹਿਬ ਨੇ ਐਡਵਾਈਸ ਕਰਿਆ ਸੀ ਵੀ ਚਿੱਲੀ ਜ਼ਰੂਰ ਜਾਈਂ ਯਾਰ, ਚਿੱਲੀ ਵਨ ਆਫ ਦਾ ਬੈਸਟ ਪਲੇਸ ਆ। ਅੱਜ ਕੱਲ੍ਹ ਹਾਂ, ਬਾਕੀ ਚਿੱਲੀ ਦਾ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਪਰ ਉੱਤਰਦੀ ਸਰ ਮੇਰੇ ਨਾਲ ਹੋਇਆ। ਮੈਨੂੰ ਇਹ ਪਤਾ ਨਹੀਂ ਸੀ, ਮੈਂ ਥੋੜ੍ਹੀ ਜਿਹੀ ਰਿਸਰਚ ਵੀ ਘੱਟ ਕੀਤੀ, ਮੈਨੂੰ ਨਹੀਂ ਸੀ ਪਤਾ ਵੀ ਚਿੱਲੀ ਦਾ ਆਹ ਜਿਹੜਾ ਇਲਾਕਾ ਜਿੱਥੇ ਮੈਂ ਜਾ ਕੇ ਉੱਤਰ ਰਿਹਾ, ਜਿੱਥੇ ਇਹ ਉਹਨੂੰ ਕਹਿੰਦੇ ਨੇ ਸੈਂਟਰਲ ਸਟੇਸ਼ਨ, ਵੀ ਇਹ ਸੇਫ ਨਹੀਂ ਹੈ, ਇਹ ਵਧੀਆ ਨਹੀਂ ਹੈ। ਚਲੋ ਹੁਣ ਅਸੀਂ, ਮੈਂ ਉਡੀਕਿਆ ਸੀ ਵੀ ਇਹ ਕੰਮ ਹੋਊਗਾ ਜਾਂ ਹੋ ਸਕਦਾ, ਇਹ ਹੋ ਸਕਦਾ ਅੱਗੇ ਸਾਊਥ ਅਮੈਰੀਕਾ ਦੇ ਲਾਈਕ ਕੋਲੰਬੀਆ ਵਰਗੇ 'ਚ ਉਸ ਪਾਸੇ, ਜਾਂ ਇਹ ਹੋ ਸਕਦਾ ਅੱਗੇ ਹੋਰ ਜਾ ਕੇ ਵੀ ਕਿਤੇ ਗਾਹਾਂ ਸੈਂਟਰਲ ਅਮੈਰੀਕਾ 'ਚ। ਪਰ ਇੱਥੇ ਨਹੀਂ ਸੀ ਸੋਚਿਆ ਵੀ ਐਡੀ ਬੜੀ ਵਧੀਆ ਕੰਟਰੀ ਜਿਹੜੀ ਵਨ ਆਫ ਦਾ ਬੈਸਟ ਕੰਟਰੀ ਮੰਨੀ ਗਈ ਹੈ ਉੱਥੇ ਹੋ ਜੂਗਾ ਇਹ। ਸੋ ਇਹ ਮੇਰੇ ਨਾਲ ਉੱਥੇ ਵਾਪਰਿਆ। ਸੋ ਭਰਾਵੋ, ਹੁਣ ਮੇਰੇ ਕੋਲ ਕਈਆਂ ਦਾ ਉਹ ਨਹੀਂ ਹੈ, ਇਸ ਇਹ ਫੋਨ ਹੋਣ ਦਾ ਲੋਸਟ ਹੋਣ ਦਾ ਤਰੀਕਾ ਸਭ ਤੋਂ ਨਾ ਤਰੀਕਾ ਕਹਿੰਦਾ, ਚਲੋ ਤਰੀਕਾ ਤਾਂ ਜਿਹੜਾ ਵੀ ਹੋ ਸਕਦਾ, ਸਭ ਤੋਂ ਵੱਡਾ ਨੁਕਸਾਨ ਆ ਵੀ ਮੇਰੇ ਕੋਲ ਤੁਹਾਡੇ ਕੰਟੈਕਟ ਨਹੀਂ ਹੈ। ਜਿਹੜੇ ਮੈਨੂੰ ਵਟਸਐਪ 'ਤੇ ਕੰਟੈਕਟ ਕਰਦੇ ਸੀ ਉਹ ਮੈਂ ਲੂਜ਼ ਕਰਕੇ, ਕਿਉਂਕਿ ਉਹ ਮੇਰਾ ਫੋਨ ਚਲਾ ਗਿਆ। ਹੁਣ ਜਦੋਂ ਸਭ ਤੋਂ ਵੱਡੀ ਇਹਦੀ ਫੋਨ ਦੀ ਕੀ ਪ੍ਰੋਬਲਮ ਆ ਲੋਸਟ ਹੋਣ ਦੀ, ਜਦੋਂ ਮੇਰਾ ਫੋਨ ਚਲਾ ਗਿਆ ਹੁਣ ਮੈਂ ਐਕਸੈਸ ਨਹੀਂ ਕਰ ਸਕਦਾ ਕੁਛ। ਸਭ ਤੋਂ ਵੱਡੀ ਮੇਰੇ ਨਾਲ ਟ੍ਰੈਜਡੀ ਕੀ ਵਾਪਰੀ, ਜਦੋਂ ਮੇਰਾ ਮੈਂ ਏਅਰਬੀਐਨਬੀ ਦਾ, ਕਿਉਂਕਿ ਉਹਦੇ ਵਿੱਚ ਸੀ ਫੋਨ ਦੇ ਵਿੱਚ, ਉਹਦੇ ਨਾਂ ਐਡਰੈਸ ਪਾ ਰਿਹਾ ਸੀ, ਫੋਨ ਮੇਰਾ ਚਲਾ ਗਿਆ, ਹੁਣ ਨਾ ਤਾਂ ਮੈਨੂੰ ਪਤਾ ਜਾਣਾ ਕਿੱਥੇ ਆ। ਐਨੀਵੇ ਸਾਰਾ ਕੁਛ ਤੁਹਾਡਾ ਚਲਾ ਜਾਂਦਾ ਉਸ ਟਾਈਮ 'ਤੇ, ਕਿਉਂਕਿ ਅੱਜ ਕੱਲ੍ਹ ਅਸੀਂ ਉਹਦੇ 'ਤੇ ਡਿਪੈਂਡੈਂਟ ਹਾਂ, ਸਾਰਾ ਡਾਟਾ ਹੀ ਉਹਦੇ 'ਚ ਹੁੰਦਾ। ਸੋ ਮੇਰੇ ਨਾਲ ਕੀ ਹੋਇਆ ਵੀ ਜਦੋਂ ਮੈਂ ਉੱਥੇ ਉਤਰਿਆ, ਜਦੋਂ ਫੋਨ ਚਲਾ ਗਿਆ, ਉਹ ਭਰਾਵਾ ਲੋਕ ਮੈਨੂੰ ਕਹਿੰਦੇ ਪਿੱਛੇ ਭੱਜ, ਹੁਣ ਕਿੰਨਾ ਕੁ ਪਿੱਛੇ ਭੱਜ ਰੂ ਬੁੜਾ ਆਦਮੀ, ਠੀਕ ਹੈ। ਬੈਟਰ ਇਹ ਆ ਵੀ ਤੁਸੀਂ ਆਪ ਹੀ ਕੇਅਰਫੁਲ ਹੋ ਜਾਓ ਵੀ ਨੈਕਸਟ ਟਾਈਮ ਇਸ ਤਰ੍ਹਾਂ ਨਾ ਕੋਈ ਹੋਵੇ, ਕੋਈ ਤੁਹਾਡੇ ਅੱਗੇ ਪਿੱਛੇ ਨਾ ਲੱਗਿਆ ਹੋਵੇ, ਔਰ ਤੁਹਾਨੂੰ ਫੋਨ ਕੱਢਣ ਦੀ ਲੋੜ ਨਹੀਂ ਹੈ ਇਹੋ ਜਿਹੇ ਥਾਂ 'ਤੇ ਜਾ ਕੇ। ਚਲੋ, ਮੈਨੂੰ ਫਿਰ ਪੁਲਿਸ ਵਾਲੇ ਵੀ ਹਾਸਾ ਠਿੱਠਾ ਜਿਹਾ ਕਰਕੇ ਮੈਨੂੰ ਕਹਿੰਦੇ ਵੀ ਇੱਥੇ ਐਂ ਹੁੰਦਾ। ਚਲੋ, ਮੈਂ ਗਾਹਾਂ ਗਿਆ, ਉਹ ਮੈਨੂੰ ਇੰਨਾ ਚੰਗਾ ਸ਼ੁਕਰ ਕਰਿਆ। ਹਾਂ, ਲੋਕਲ ਬੰਦਿਆਂ ਨੇ ਮੇਰੀ ਬੜੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਵੀ ਦੱਸ ਤੂੰ ਕਿਹਨੂੰ ਫੋਨ ਕਰਨਾ, ਕਿਹਨੂੰ ਹਾਂ ਮੈਂ ਕਿਹਨੂੰ ਫੋਨ ਕਰਾਂ ਏਅਰਬੀਐਨਬੀ ਨੂੰ, ਮੇਰਾ ਉਹਦਾ ਨੰਬਰ ਹੀ ਨਹੀਂ ਹੈ, ਕਿਉਂਕਿ ਮੇਰਾ ਤਾਂ ਜਿਹੜਾ ਫੋਨ 'ਚ, ਮੈਂ ਉਹਨਾਂ ਨੂੰ ਕਿਹਾ ਵੀ ਵਾਈਫਾਈ, ਉਹ ਕਹਿੰਦੇ ਬੱਸ ਅੱਡੇ 'ਤੇ ਵਾਈਫਾਈ ਚੱਲਦੀ ਨਹੀਂ। ਫਿਰ ਮੈਨੂੰ ਨਾਲ ਦੇ ਇੱਕ ਹੋਟਲ 'ਚ ਲੈ ਗਏ ਜਿਹੜੇ ਸਿਕਿਉਰਿਟੀ ਵਾਲੇ ਸੀ, ਉਹ ਹੋਟਲ ਜਾ ਕੇ, ਹੋਟਲ ਵਾਲਿਆਂ ਨੇ, ਇਬਸ ਹੋਟਲ ਸੀ, ਉਹਨਾਂ ਨੇ ਮੇਰੀ ਬੜੀ ਮਦਦ ਕੀਤੀ। ਮੁੰਡਾ ਕਹਿੰਦਾ ਡੋਂਟ ਵਰੀ,
ਮੈਂ ਕਿਹਾ ਮੈਨੂੰ ਇੱਥੇ ਜ਼ਿਆਦਾ ਰਹਿਣ ਨੂੰ ਜਗ੍ਹਾ ਤਾਂ ਇੱਥੇ ਭਰਾਵਾ ਮੈਂ ਕੱਲ੍ਹ ਤੱਕ ਲੱਭ ਲੂੰਗਾ ਕਿਸੇ ਤਰੀਕੇ ਨਾਲ ਮੈਨੂੰ। ਉਹ ਕਹਿੰਦਾ ਨਾ ਤੂੰ ਸਾਡਾ ਵਾਈਫਾਈ ਯੂਜ਼ ਕਰਦਾ, ਫਿਰ ਮੈਂ ਵਾਈਫਾਈ ਯੂਜ਼ ਕਰਕੇ ਉਹਨੂੰ ਕੀਤਾ। ਹਾਂ ਏਅਰਬੀਐਨ ਵਾਲੇ ਇੰਨੇ ਚੰਗੇ ਸੀ, ਹਾਂ ਵੈਨਜੂਏਲਾ ਦੀ ਲੇਡੀ ਸੀ ਜਿਹੜੀ ਏਅਰਬੀਐਨ ਵੀ ਨੂੰ ਸਾਂਭਦੀ ਸੀ, ਉਹ ਕਹਿੰਦੀ ਡੋਂਟ ਵਰੀ ਹੁਣ ਤੂੰ ਇੱਥੇ ਰਹਿ, ਇੱਥੇ ਬੈਠ ਜਦ ਤੱਕ ਉਹਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦੀ ਮੈਂ ਸਪੈਨਿਸ਼, ਉਹ ਬੋਲਦੀ ਸੀ ਸਪੈਨਿਸ਼, ਇੱਧਰੋਂ ਤਾਂ ਚਲੋ ਸੀਗਾ ਹੀ ਬੋਲਣਾ। ਉਹ ਕਹਿੰਦੀ ਡੋਂਟ ਵਰੀ ਮੈਂ ਕਿਸੇ ਨੂੰ ਭੇਜਦੀ ਹਾਂ, ਕਰਦੀ ਹਾਂ ਜਾਂ ਅਸੀਂ ਕਿੱਦਾਂ ਕਰਦੇ ਹਾਂ। ਚਲੋ ਉਹ ਟਾਈਮ ਲੱਗਦਾ ਸੀ, ਇਨ ਦਾ ਮੀਨ ਟਾਈਮ ਹੋਟਲ ਵਾਲੇ ਨੇ ਮੈਨੂੰ ਕਰਤਾ, ਮੈਨੂੰ ਇਹ ਪਤਾ ਲੱਗਾ ਕਿੱਥੇ ਜਾਣਾ ਕੀ ਨਹੀਂ। ਉਹਨੇ ਮੈਨੂੰ ਟੈਕਸੀ ਕਰਤੀ, ਮੈਂ ਉੱਥੇ ਚਲਾ ਗਿਆ ਅਤੇ ਠੀਕ ਹੋ ਗਿਆ। ਪਰ ਮੈਂ ਫਿਰ ਦੱਸਾਂ, ਪਿਛਲੇ ਕੁਛ ਦਿਨਾਂ ਤੋਂ ਜਿਹਦੇ ਨਾਲ ਮੈਂ ਕੰਟੈਕਟ 'ਚ ਨਹੀਂ ਹਾਂ, ਗੁੱਸਾ ਨਾ ਕਰਿਓ ਵੀ ਹਾਂ ਭਾਈ ਉਹ ਫੋਨ ਕਾਹਤੇ ਨਹੀਂ ਚੱਕਦਾ, ਸਾਡੇ ਨਾਲ ਗੱਲਬਾਤ ਨਹੀਂ ਕਰਦਾ। ਉਹ ਯਾਰ ਮੇਰਾ ਮੇਰੇ ਕੰਟੈਕਟ 'ਚ ਗਿਆ, ਸਾਰਾ ਕੁਛ ਚਲਾ ਗਿਆ। ਕੰਟੈਕਟ ਤਾਂ ਇਹ ਤਾਂ ਵੱਡੀ ਗੱਲ ਹੈ, ਉਦੋਂ ਫਿਰ ਮੈਂ ਤੁਹਾਨੂੰ ਲੱਭ ਲੂੰਗਾ, ਕਰ ਲੂੰਗਾ ਗੱਲਬਾਤ। ਸਭ ਤੋਂ ਵੱਡੀ ਗੱਲ ਇਹ ਹੈ ਯਾਰ, ਜਦੋਂ ਤੁਹਾਡਾ ਫੋਨ ਚਲ ਜਾਂਦਾ ਨਾ, ਮੈਂ ਕਹਿੰਦਾ ਫਿਰ ਧਿਆਨ ਰੱਖਿਓ, ਜਦੋਂ ਤੁਹਾਡਾ ਫੋਨ ਚਲ ਜਾਂਦਾ ਤੁਹਾਡੀਆਂ ਐਪਾਂ ਚਲੇ ਜਾਂਦੀਆਂ ਸਾਰੀਆਂ, ਤੁਹਾਡੇ ਬੈਂਕ ਦਾ, ਤੁਹਾਡੇ ਹੋਰ ਸਾਰੇ ਕਾਹੇ ਦਾ, ਉਹ ਜਿਹੜਾ ਐਪਸ ਨੇ ਉਹ ਚਲੇ ਜਾਂਦੀਆਂ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਮੈਂ ਤੁਹਾਨੂੰ ਇਹ ਦੱਸਾਂ, ਜੇ ਤੁਸੀਂ ਉਹ ਐਪ ਨੂੰ ਇੱਥੇ ਦੁਬਾਰਾ ਉਹਨੂੰ ਲੋਡ ਕਰਨ ਦੀ ਕੋਸ਼ਿਸ਼ ਕਰੋ ਵੀ ਹਾਂ ਦੂਜੇ ਫੋਨ 'ਤੇ ਲੈ ਕੇ, ਉਹ ਨਹੀਂ ਹੁੰਦੀਆਂ। ਜਿਹੜੀਆਂ ਅਮੈਰੀਕਾ ਕੈਨੇਡਾ ਦੀਆਂ ਐਪਸ ਨੇ ਉਹ ਉੱਥੇ ਹੀ ਡਾਊਨਲੋਡ ਹੁੰਦੀਆਂ, ਉੱਥੇ ਹੀ ਹੁੰਦੀਆਂ, ਇੱਥੇ ਨਹੀਂ ਹੁੰਦੀਆਂ। ਚਲੋ ਮੈਂ ਕਿਵੇਂ ਨਾ ਕਿਵੇਂ ਮੈਨੇਜ ਕਰ ਲਿਆ, ਦੁਨੀਆ 'ਚ ਫਿਰਿਆ ਯਾਰ, ਮੈਨੇਜ ਤਾਂ ਬੰਦਾ ਕਰੇ ਲੈਂਦਾ ਕਿਸੇ ਤਰੀਕੇ ਨਾਲ ਕਰ ਲਿਆ। ਜੇ ਤੁਹਾਨੂੰ ਮੈਨੇਜ ਕਰਨ ਦੀ ਲੋੜ ਪਈ ਮੈਨੂੰ ਪੁੱਛ ਲਿਓ, ਮੈਂ ਤੁਹਾਨੂੰ ਐਡਵਾਈਸ ਕਰ ਦੂੰਗਾ ਮੈਨੂੰ ਲੱਗੇ ਕੁਛ ਦਿਨ। ਹੁਣ ਮੈਂ ਪਹੁੰਚ ਗਿਆ, ਉਹ ਤੋਂ ਬਾਅਦ ਏਅਰਬੀਐਨ ਵਿੱਚ ਪਹੁੰਚ ਗਿਆ। ਇੱਕ ਦਿਨ ਤਾਂ ਬਈ ਮੈਂ ਡਿਪਰੈਸ਼ਨ 'ਚ ਸੀ ਵੀ ਆਹ ਕੀ ਹੋ ਗਿਆ ਯਾਰ, ਸਾਰਾ ਕੁਛ ਚਲਾ ਗਿਆ, ਹੁਣ ਕਿਵੇਂ ਰਿਕਵਰ ਕਰਾਂਗੇ। ਦੂਜੇ ਦਿਨ ਵੀ ਡਿਪਰੈਸ਼ਨ 'ਚ ਸੀ, ਤੀਜੇ ਦਿਨ ਯਾਰ ਏਅਰਬੀਐਨ ਵਾਲੀ ਲੇਡੀ ਮੈਨੂੰ ਕਹਿੰਦੀ ਵੀ ਮੈਨੂੰ ਲੱਗਦਾ ਤੂੰ ਤਾਂ ਆਇਆ ਤਾਂ ਇੰਜੋਏ ਕਰਨ ਸੀ, ਪਰ ਇਸ ਗੱਲ ਕਰਕੇ ਤੈਨੂੰ ਉਹ ਹੋ ਗਿਆ। ਉਹ ਕਹਿੰਦੀ ਕੋਈ ਗੱਲ ਨਹੀਂ, ਮੈਂ ਅਤੇ ਮੈਂ ਆਪਣੀ ਆਪਣੇ ਹੈਗਾ ਰਿਸ਼ਤੇਦਾਰ ਹੈ ਮੇਰਾ ਕਜ਼ਨ ਆ, ਕਜ਼ਨ ਨੂੰ ਇੱਥੇ ਕਹਿੰਦੇ ਨੇ ਪ੍ਰੀਮੋ, ਪ੍ਰੀਮੋ ਆ, ਅਸੀਂ ਤੈਨੂੰ ਲੈ ਕੇ ਚੱਲਦੇ ਹਾਂ ਸ਼ਹਿਰ 'ਚ, ਐਂ ਡਰਨ ਦੀ ਲੋੜ ਨਹੀਂ, ਸਾਰਾ ਸ਼ਹਿਰ ਇਹੋ ਜਿਹਾ ਨਹੀਂ, ਬੰਦੇ ਬੰਦੇ ਹੁੰਦੇ ਨੇ ਥੋੜ੍ਹੇ ਬਹੁਤੇ। ਉਹਨਾਂ ਨੇ ਮੈਨੂੰ ਘੁਮਾਇਆ, ਮੈਂ ਪੂਰਾ ਤੁਹਾਨੂੰ ਐਪੀਸੋਡ ਦਿਖਾਵਾਂ, ਪੂਰਾ ਘੁੰਮਿਆ ਸ਼ਹਿਰ 'ਚ, ਉਹਨਾਂ ਨੇ ਮੈਨੂੰ ਦਿਖਾਇਆ, ਆਪਦੀ ਗੱਡੀ 'ਚ ਲੈ ਕੇ ਗਏ, ਸਾਰਾ ਸ਼ਹਿਰ ਘੁਮਾਇਆ। ਹਾਂ ਉੱਥੇ ਮੈਨੂੰ ਸਭ ਤੋਂ ਵੱਡੀ ਮੈਨੂੰ ਹੋਰ ਹੋ ਗਿਆ, ਮੈਨੂੰ ਉੱਥੇ ਇੰਡੀਅਨ ਹਾਕੀ ਟੀਮ ਇੱਥੇ ਖੇਡਣਾ ਸੀ, ਜੂਨੀਅਰ ਇੰਡੀਅਨ ਹਾਕੀ, ਅਤੇ ਮੈਂ ਉੱਥੇ ਫੋਟੋ ਸ਼ੂਟ ਹੁੰਦਾ ਸੀ ਇੱਕ ਪਹਾੜੀ ਜੀ 'ਤੇ, ਜਦ ਮੈਂ ਉੱਥੇ ਗਿਆ ਉਹ ਕੁੜੀ ਉੱਥੇ ਖੜੀ, ਮੈਂ ਕਿਹਾ ਯਾਰ ਇਹ ਤਾਂ ਆਪਣਾ ਅੱਜ ਕੱਲ੍ਹ ਉਡੀਸਾ ਦੀ ਹੈ ਵੀ ਬੜਾ ਵਧੀਆ, ਉਡੀਸਾ ਵਾਲਿਆਂ ਨੇ ਕੰਮ ਕੀਤਾ, ਉਡੀਸਾ ਦੀ ਟੀ ਸ਼ਰਟ ਪਾਈ ਹੋਈ ਉੱਥੇ ਖੜੀ ਇੰਡੀਅਨ 'ਚ, ਉਹ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਨੂੰ ਲੱਗਿਆ, ਠੀਕ ਹੈ ਉਹ ਸਾਰਾ ਕੁਛ ਮੈਂ ਉਹਨੂੰ ਹੋਇਆ। ਇਹ ਤਾਂ ਸੀ ਮੇਰਾ ਪਹਿਲੀ ਐਪੀਸੋਡ, ਜਦ ਉਹ ਲੈ ਕੇ ਗਿਆ ਅਤੇ ਮੈਂ ਘੁੰਮਿਆ, ਫਿਰ ਮੈਂ ਹੌਸਲਾ ਖੁੱਲ੍ਹ ਗਿਆ, ਫਿਰ ਮੈਂ ਆਪ ਗਿਆ, ਠੀਕ ਹੈ। ਅਗਲੇ ਐਪੀਸੋਡ 'ਚ ਮੈਂ ਤੁਹਾਨੂੰ ਇਹ ਦਿਖਾਉਣਾ ਵੀ ਫਿਰ ਮੈਂ ਆਪ ਗਿਆ ਅਤੇ ਮੈਂ ਕੀ ਦੇਖਿਆ। ਔਰ ਉਹ ਯਾਰ ਸੱਚੀ ਸੰਤਿਆਗੋ ਚਿਲੀ ਬੜਾ ਵਧੀਆ ਸ਼ਹਿਰ ਆ ਯਾਰ, ਬੜਾ ਵਧੀਆ ਸ਼ਹਿਰ ਆ, ਬੜਾ ਵਧੀਆ ਸ਼ਹਿਰ ਆ। ਹਾਂ ਉਹ ਗੰਦਾ ਬੰਦਾ ਮੈਨੂੰ ਕੋਈ ਮਿਲ ਗਿਆ, ਉਹ ਤਾਂ ਹੁਣ ਸਾਰੇ ਜਣੇ ਰਾਈ ਤਾਂ ਜਾਂਦੇ ਨੇ ਇਹ ਵੀ ਵੈਨਜੂਏਲਾ ਦੇ ਰਿਫਿਊਜੀ, ਉਹ ਮੈਂ ਨਹੀਂ ਯਾਰ ਇਹ ਕਹਿੰਦਾ ਵੀ ਉਹ ਖਬਰ ਆ ਵੈਨਜੂਏਲਾ ਦਾ ਹੋਵੇ ਜਾਂ ਲੋਕਲੇ ਹੋਵੇ ਜਿਹੜਾ ਮੇਰਾ ਫੋਨ ਲੈ ਕੇ ਭੱਜ ਗਿਆ। ਚਲੋ ਉਹਦੇ ਉਹ ਫੋਨ ਕੀ ਕਰ ਲੂਗਾ ਹੁਣ, ਮੈਂ ਫੋਨ ਇਹੋ ਜਿਹੇ ਸਿਸਟਮ 'ਚ ਪਾਇਆ ਹੋਇਆ ਲਾਸਟ ਮੋਡ 'ਚ, ਉਹ ਵੀ ਮੇਰੇ ਤੋਂ ਪੁੱਛ ਰਿਹਾ ਵੀ ਕਿਵੇਂ ਆ ਅਗਲਾ ਫੋਨ ਯੂਜ਼ ਨਾ ਕਰ ਸਕੇ। ਅਤੇ ਹੁਣ ਮੈਨੂੰ ਕਈ ਰਿਕੁਐਸਟਾਂ ਆਉਂਦੀਆਂ ਵੀ ਹਾਂ ਤੇਰਾ ਫੋਨ ਆਹ ਸੱਟ ਗਿਆ ਸੀ, ਉਹ ਕਰ ਗਿਆ ਸੀ, ਤੂੰ ਸਾਡੇ ਨਾਲ ਗੱਲ ਕਰਨਾ, ਮੈਂ ਕਿਹਾ ਨਾ ਮੈਂ ਨਹੀਂ ਕਰਨੀ। ਹਾਂ ਜਿੰਨਾ ਚਿਰ ਉੱਥੇ ਸੀ ਮੈਂ ਪਾਇਆ ਸੀ ਵੀ ਮੇਰਾ ਫੋਨ ਵਾਪਸ ਕਰ ਦਿਉ, ਮੈਂ ਤੁਹਾਨੂੰ $200 ਦੇ ਦਿੰਦਾ, ਪਰ ਹੁਣ ਉਹ ਲੰਘ ਗਿਆ ਟਾਈਮ, ਠੀਕ ਹੈ ਹੁਣ ਕਿਉਂਕਿ ਮੈਂ ਅੱਗੇ ਚਲਾ ਗਿਆ, ਸੰਤਿਆਗੋ 'ਚੋਂ ਨਿਕਲ ਗਿਆ, ਠੀਕ ਹੈ। ਇਹ ਸੀ ਸਟੋਰੀ ਜਿਹੜੀ ਮੇਰੇ ਨਾਲ ਵਾਪਰੀ, ਅਤੇ ਹੁਣ ਤੁਸੀਂ ਦੇਖੋ ਸੰਤਿਆਗੋ, ਅਤੇ ਮੈਂ ਹੁਣ ਤੁਹਾਨੂੰ ਦਿਖਾਉਣਾ, ਅਤੇ ਅਗਲਾ ਸੰਤਿਆਗੋ ਦਾ ਐਪੀਸੋਡ ਹੋਊਗਾ ਜਿੱਥੇ ਮੈਂ ਸੰਤਿਆਗੋ ਦੀ ਇੱਕ ਬੱਸ ਟੂਰ 'ਤੇ ਗਿਆ, ਜਿਹਨੂੰ ਕਹਿੰਦੇ ਨੇ ਹੌਪ ਔਨ ਹੌਪ ਆਫ ਬੱਸ 'ਤੇ, ਠੀਕ ਹੈ ਜੀ। ਅਤੇ ਇਹ ਸੀਗਾ ਸੰਤਿਆਗੋ ਦਾ ਜਿਹੜਾ ਮੈਨੂੰ ਮੇਰੇ ਨਾਲ ਜੋ ਕੁਛ ਵਾਪਰਿਆ ਅਤੇ ਜੋ ਕੁਛ ਮੈਨੂੰ ਲੋਕਾਂ ਨੇ ਉੱਥੇ ਹੈਲਪ ਕੀਤੀ। ਧੰਨਵਾਦ ਜੀ।
यूट्यूब वीडियो बनाता हूँ ठीक है। क्या नाम है आपका? प्रीति। प्रीति, अच्छा अच्छा। तो प्रीति सोनीपत से है ठीक है, वर्ल्ड कप के लिए खेल रहे हैं। ओके, थैंक यू वेरी मच प्रीति।
ये केबल कार्ड इक्की रस्सी खत्म हो गई है, इक्की रस्सी खत्म हो गई। Hello. Hola.